ನಾನು ನಗಿದೆ ಸರನು ಪರಿದೆ ನಾನು ನಗಿದೆ ಸರನು ಪರಿದೆ ಕರೆ ತು ಪಲ ಮನೈಯೆ ਹਰ ਜੀਉ ਮਾਇਆ ਤਜਮਾਨ ਸਖੀ ਤਜਮਾਨ ਤਜਮਾਨ ਸਖੀ ਤਜਮਾਨ ਤਜਮਾਨ ਸਖੀ ਤਜਮਾਨ ਤਜਮਾਨ ਸਖੀ ਤਜਮਾਨ ਕੰਮ ਗ੍ਰਹਿਣ ਕਰੋ ਤੇ ਇੱਕ ਤਿਆਗੋ ਇੱਕ ਸ਼ੈ ਪਕੜੋ ਇੱਕ ਛੱਡੋ ਇੱਕ ਨੂੰ ਪੱਲੇ ਬੰਨੋ ਇੱਕ ਨੂੰ ਦੁਰਕਾਰ ਕੇ ਬਾਹਰ ਕੱਢੋ ਪੱਲੇ ਬੰਨਣ ਵਾਲੀ ਸ਼ੈ ਹੈ ਆਓ ਸਖੀ ਵਸ ਆਓ ਸਖੀ ਅਸੀਂ ਫਿਰ ਕੇ ਮੰਗਲ ਗਾਵ ਕਰਨ ਵਾਲਾ ਕੰਮ ਹੈ ਕੀਰਤਨ ਸਦਾ ਕੀਰਤ ਕਰ ਨਾਨਕ ਕਰਤੇ ਕੀ ਕਰਤੇ ਦੀ ਸਦਾ ਕੀਰਤ ਕਰਨੀ ਸਦਾ ਸਿਫਤ ਕਰਨੀ ਕੀਰਤਨ ਹੈ ਜਿੱਥੇ ਆਪ ਬੈਠੇ ਹੋ ਪਰ ਇੱਥੋਂ ਉੱਠ ਕੇ ਜਾਓ ਤਾਂ ਵੀ ਕੀਰਤ ਪੱਲੇ ਬਣ ਕੇ ਲੈ ਜਾਓ ਰਸਨਾ ਜਪਦੀ ਰਵੇ ਵਾਹਿਗੁਰੂ ਇਹ ਸੂਖਮ ਕੀਰਤ ਹੈ ਇਹ ਕੀਰਤ ਹਰ ਵੇਲੇ ਕਰਨੀ ਹੈ ਉੱਠਤ ਬੈਠਤ ਸੋਵਤ ਨਾ ਐਸੀ ਕੀਰਤ ਇਹ ਦ੍ਰਿੜ ਹੋ ਜਾਏ ਕਿ ਸੁਤਿਆਂ ਵੀ ਬਰਲਾ ਕੇ ਮੂੰਹੋਂ ਵਾਹਿਗੁਰੂ ਨਿਕਲੇ ਸੁਪਨੇ ਹੂੰ ਬਰੜਾਏ ਕੇ ਜੇ ਮੁਖ ਨਿਕਸੇ ਰਾਮ ਸੁਪਨੇ ਵਿੱਚ ਬਰੜਾ ਕੇ ਜਿਹਦੇ ਮੂੰਹੋਂ ਪਰਮੇਸ਼ਵਰ ਦਾ ਨਾਮ ਉਚਾਰਨ ਹੁੰਦਾ ਤਾਂ ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏ ਗੋਗ੍ਰਾਮ ਸਿਰਫ ਦੇਹੀ ਪਵਿੱਤਰ ਨਾ ਹੋਏਗੀ ਜਿਸ ਨਗਰ ਵਿੱਚ ਇਹ ਜਪਣ ਵਾਲਾ ਵੱਸਦਾ ਉਹ ਨਗਰੀ ਵੀ ਪਵਿੱਤਰ ਹੈ ਔਰ ਕਿਤਨਾ ਪਿਆਰ ਕੀਤਾ ਉਸ ਨਾਲ ਕਿ ਤਾਂ ਕਿ ਪੱਗ ਕੀ ਪਾ ਨਹੀਂ ਉਸਦੇ ਪੈਰਾਂ ਦੀ ਜੁੱਤੀ ਤੇ ਮੇਰੇ ਤਨ ਦਾ ਚਮ ਤਾਂ ਕਿ ਪੱਗ ਕੀ ਪਾ ਨਹੀਂ ਮੇਰੇ ਤਨ ਕੋ ਚਾਮ ਕੀਰਤ ਕਰਨ ਵਾਲੇ ਦੀ ਆਓ ਸਖੀ ਬਸ ਆਓ ਸਖੀ ਸਦਿਆ ਸਖੀਆਂ ਨੂੰ ਆਓ ਸਹੇਲੀਓ ਆਓ ਮੇਰੀਓ ਸਖੀਓ ਸਖੀ ਕੋਲੋਂ ਬਾਤ ਛੁਪਾਈ ਨਹੀਂ ਜਾਂਦੀ ਆ ਵੀਰ ਜੇ ਮੇਰਾ ਸਖਾ ਬਣ ਕੇ ਆਇਆ ਮੇਰੀ ਸਹੇਲੀ ਬਣ ਕੇ ਆਇਆ ਤਾਂ ਮੈਂ ਤਾਂ ਇੱਥੋਂ ਗੱਲ ਛੁਪਾ ਕੇ ਨਾ ਰੱਖਾਂਗੀ ਪਤਾ ਕਰਤੇ ਪੁਰਖ ਨੂੰ ਕਿਹੜੀ ਗੱਲ ਫਾਉਂਦੀ ਹੈ ਉਸਦੀ ਕੀਰਤ ਕੋਈ ਜਿਸ ਵੇਲੇ ਕੀਰਤ ਕਰਦਾ ਜਿੱਥੇ ਬਹਿ ਕੇ ਕਰਦਾ ਵਾਹਿਗੁਰੂ ਦਾ ਉਸ ਵੇਲੇ ਉਹਦੇ ਵੱਲ ਮੁੱਖ ਹੋ ਜਾਂਦਾ ਆ ਕੀਰਤ ਕਰ ਰਿਹਾ ਸੀ ਨਾ ਨਾਮਦੇਵ ਲੇ ਕਮਲੀ ਚਲਿਓ ਪਲਟਾਏ ਦਿਓਰੇ ਪਾਛੇ ਬੈਠਾ ਦਿਓਰੇ ਦੇ ਪਿਛਲੇ ਪਾਸੇ ਜਿੱਧਰ ਕੰਧ ਸੀ ਦਰਵਾਜ਼ੇ ਵਾਲੇ ਪਾਸਿਓਂ ਉੱਠਿਆ ਕਿਉਂਕਿ ਪੁਜਾਰੀਆਂ ਨੇ ਧੱਕੇ ਮਾਰ ਕੇ ਬਾਹਰ ਕੱਢਿਆ ਵੀ ਤੂੰ ਸ਼ੂਦਰ ਤੈਨੂੰ ਜ਼ੁਰਤ ਕਿਵੇਂ ਹੋਈ ਮੰਦਿਰ ਵਿੱਚ ਆਉਣ ਦੀ ਵਿਚਾਰੇ ਨੇ ਕਮਲੀ ਸੰਭਾਲ ਲਈ ਕਮਲੀ ਚੁੱਕ ਮੋਢੇ ਤੇ ਧਰੀ ਤੇ ਫਿਰ ਤੁਰ ਪਿਆ ਘਰ ਨੂੰ ਨਹੀਂ ਤੁਰਿਆ ਆਖਿਆ ਭਗਵਾਨ ਨਾਲ ਗੱਲ ਕਰਨੀ ਤੇਰੇ ਵੇਖਦਿਆਂ ਗਰੀਬ ਨੂੰ ਏਡੀ ਮਾਰ ਪਵੇ ਤੇ ਤੂੰ ਇਹਨਾਂ ਜਰਵਾਣਿਆਂ ਦਾ ਹੱਥ ਨਾ ਪਕੜੇ ਮੈਂ ਇਹ ਪੁੱਛਣਾ ਵੀ ਇਹ ਤੇਰੀ ਰਜਾ ਇਸੇ ਤਰ੍ਹਾਂ ਸੀ ਤਾਂ ਬੇਸ਼ੱਕ ਹੋਰ ਮਾਰ ਲੈ
ਹੋਰ ਕੁਟਾਈ ਕਰ ਲੈ, ਮੈਂ ਹਾਜ਼ਰ ਹਾਂ। ਪਰ ਜੇ ਤੇਰੀ ਰਜ਼ਾ ਨਹੀਂ ਸੀ ਤਾਂ ਤੂੰ ਇਹਨਾਂ ਦਾ ਹੱਥ ਕਿਉਂ ਨਾ ਪਕੜਿਆ? ਬਸ ਆਹ ਇੱਕ ਗੱਲ ਪੁੱਛਣੀ ਹੈ ਭਗਵਾਨ ਨੂੰ, ਫਿਰ ਘਰ ਚੱਲਾਂਗੇ। ਇਹ ਸੋਚ ਕੇ ਨਾਮਦੇਵ ਉੱਠਿਆ, ਮੋਢੇ 'ਤੇ ਚੁੱਕੀ ਤਰੀ ਕੰਬਲੀ ਅਤੇ ਦਰਵਾਜ਼ੇ ਵਾਲੇ ਪਾਸਿਓਂ ਦੀ ਫਿਰ ਕੇ ਪਿਛਲੇ ਪਾਸੇ ਕੰਧ ਦੇ ਓਹਲੇ ਆਣ ਬੈਠਾ। ਨਾਮਾ ਪਕੜ ਉਠਾ ਲਿਆ, ਬਹਿ ਪਿਛਵਾੜੇ ਹਰ ਗੁਣ ਗਾਏ। ਪਿਛਵਾੜੇ ਹਨ ਬੈਠਾ ਪਿਛਲੇ ਪਾਸੇ, ਲੇ ਕਮਲੀ ਚਲਿਓ ਪਲਟਾਏ, ਦਿਓਰੇ ਪਾਛੇ ਬੈਠਾ ਆਏ। ਹੁਣ ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਕੀਰਤ ਕਰਨ ਲੱਗ ਪਿਆ। ਤੇ ਜਿਵੇਂ ਜਿਵੇਂ ਨਾਮਦੇਵ ਨੇ ਕੀਰਤ ਕੀਤੀ, ਹਰੀ ਦੇ ਗੁਣ ਉਚਾਰਨ ਕੀਤੇ, ਬਾਣੀ ਵਿੱਚ ਗਵਾਹੀ ਦਿੱਤੀ ਹੈ, ਭਗਤ ਜਨਾਂ ਕਾ ਦਿਓਰਾ ਫਿਰੇ, ਦਿਓਰਾ ਫਿਰਨ ਲੱਗਾ ਆਪਣੇ ਆਪ। ਕਿਹੜੀਆਂ ਨੀਹਾਂ ਖੋਜ ਕੇ ਬਣਾਇਆ ਸੀ ਧਰਤੀ ਦੇ ਵਿੱਚ, ਕਿਹੜੀ ਪੱਕੀ ਚੜ੍ਹਾਈ ਕੀਤੀ ਸੀ, ਪਰ ਸਾਧ ਸੰਗਤ ਫਿਰ ਗਿਆ ਚੱਕ ਵਾਂਗੂ, ਜਿਵੇਂ ਕਿਸੇ ਚੂਲ ਤੇ ਖੜੋਤੀ ਹੋਵੇ ਕੋਈ ਸ਼ਾਇਦ, ਜਿਵੇਂ ਆਬੂਏ ਦਾ ਤਾਕ ਹੈ ਦਰਵਾਜ਼ੇ ਦਾ, ਭਾਵੇਂ ਕਬਜ਼ੇ ਲੱਗੇ ਹੋਣ ਤੇ ਭਾਵੇਂ ਉਹ ਚੂਲ ਤੇ ਖੜੋਤਾ ਹੋਵੇ, ਜਿਵੇਂ ਇਹ ਖੁੰਮ ਜਾਂਦਾ ਇਸੇ ਤਰ੍ਹਾਂ ਉਹ ਦਿਓਰਾ ਫਿਰ ਗਿਆ। ਜਿਹੜੇ ਪਾਸੇ ਪੰਡਿਤ ਖੜੋਤੇ ਸਨ, ਆਰਤੀ ਕਰ ਰਹੇ ਸਨ, ਉੱਧਰ ਤਾਂ ਹੋ ਗਈ ਕੰਡ, ਕਿਉਂਕਿ ਮਨੋਂ ਨਹੀਂ ਸਨ ਕਰ ਰਹੇ, ਸੱਚੇ ਦਿਲੋਂ ਨਹੀਂ ਸਨ ਕਰ ਰਹੇ। ਤੇ ਜਿੱਧਰ ਗਰੀਬ ਨਾਮਦੇਵ ਬੈਠਾ ਸੀ ਸੱਚੇ ਦਿਲੋਂ ਕੀਰਤ ਕਰਦਾ, ਉਸ ਪਾਸੇ ਮੰਦਰ ਦਾ ਬੂਹਾ ਆ ਗਿਆ। ਫਿਰ ਦੀਆ ਦਿਹੋਰਾ ਨਾਮੇ ਕੋ, ਪੰਡੀਆਂ ਨੂੰ ਕਹੋ ਪਿਛਵਾੜ ਲੈ, ਪੰਡਤਾਂ ਦੇ ਪਾਸੇ ਦਿਓਰੇ ਦਾ ਪਿਛਲਾ ਪਾਸਾ ਤੇ ਮੁੱਖ ਦੁਆਰ ਨਾਮਦੇਵ ਵੱਲ, ਜਿੱਥੋਂ ਭਗਵਾਨ ਦੀ ਮੂਰਤ ਆਹਮੋ ਸਾਹਮਣੇ ਖੁੱਲ ਗਈ, ਆਖੇ ਦਿਖਾਈ ਜਬ ਛਬੀ ਘਨੀ ਸ਼ਾਮ ਨੇ, ਖੁੱਲ ਗਈ ਆਖੇ ਦਿਖਾਈ ਜਬ ਛਬੀ ਘਨੀ ਸ਼ਾਮ ਨੇ, ਖੁੱਲ ਗਈ ਆਖੇ ਦਿਖਾਈ ਜਬ ਛਬੀ ਘਨੀ ਸ਼ਾਮ ਨੇ, ਖੁੱਲ ਗਈ ਆਖੇ ਦਿਖਾਈ ਜਬ ਛਬੀ ਘਨੀ ਸ਼ਾਮ ਨੇ, ਖੁੱਲ ਗਈ ਅੱਖਾਂ ਚੋਂ ਕਿਰਦੇ ਹਨ, ਪਿਛਲੇ ਪਾਸੇ ਬੈਠਾ ਕੀਰਤਨ ਕਰ ਰਿਹਾ, ਇੰਜ ਪਾਸਿਆ ਜਿਵੇਂ ਮੂਰਤ ਸਾਹਮਣੇ ਆਣ ਖੜੋਤੀ ਹੈ। ਤੇ ਫਿਰ ਆਵਾਜ਼ ਵੀ ਆ ਗਈ, ਕਿਹੜੀ? ਉਹ ਤੁਮ ਹਮਾਰੇ ਸਾਹਮਣੇ ਹੋ, ਨਾਮਦੇਵ ਅੱਖਾਂ ਖੋਲ, ਅੱਖਾਂ ਖੋਲ ਨਾਮਦੇਵ,
अथरू नामदेव की अख चो किरदा भगवान बुक विच ले रहे जिवें कोई भगत भगवान का प्रसाद लैंदा एडे अदब ते प्यार नाल किदे सदके कीरत दे सदके सदा कीरत कर नानक करते की नानक दी कीरत जिदा वही तो सिख हर वेले कीरत कर नहीं कर दी रसना इनू ताकीद कर कीरत प्रभु की गाव मेरी रसना आ कीरत करन वाला गरीब है दुरकारिया होया जिन्हों थके दे के बार सुटिया सी मुड़े दर मुंह न करी इस मंजिल ते पहुंचाया ले कमली चलियो पलटाए देवरे पाछे बैठा आए ज्यो ज्यो नामा हर गुण उचरे भगत जना का देवरा फिर देवरा फिर गया मूर्त भगवान दी सामने आ गई ते आवाज आई नामदेव तुम हमारे सामने हो हम तुम्हारे सामने तुम हमारे सामने हम तुम्हारे सामने तुम हमारे सामने हम तुम्हारे सामने हमारे सामने हम तुम्हारे सामने खुल गई आंखें दिखाई जब सभी गली करना है भाई कीरत कर आओ सखी वस आओ सखी असी फिर के मंगल गावे राम प्रभु दे मंगल गावने कीरत करनी ते एक छै त्यागनी केड़ी तजुमान सखी तजुमान सखी तजुमान सखी तजुमान सखी करनी ते मान त्याग मान त्याग कर भगत ठगौरी ए भगती नहीं करनी ए रब नु ठगने भगती नाल रब ठगिया जांदा जिन भगती कीती आ उन्हें रब नु ठग लिया और खुशी नाल रब ठगींदा कदा मैनू ठग लै आ जो कुछ मेरे कोल है किसे बहाने तू लै लै कोई बहाना बड़ा इसते लैन दा क्योंकि मैं देन ते तुलिया बैठा पर किना नू जिना ने भगती की थी जिना ने जपे श्रीवा जिमें बैठे भगती कर रहे हो जिमें जप रहे हो गुरु कृपा करे के तुहाड़ी तोड़ लिबे हुण कीर्तन समाप्ति फुलां चुका बख्शनिया वाहिगुरु जी का खालसा वाहिगुरु जी